ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਕਾਂਗਰਸੀ ਲੀਡਰ ਨਾਰਾਜ਼ ਸੀ, ਪਰ ਉਹਨਾਂ ਨੂੰ ਹੁਣ ਮਨਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਸਾਡੇ ਨਾਲ ਸੁਸ਼ੀਲ ਕੁਮਾਰ ਰਿੰਕੂ ਜੀ ਹੈਗੇ ਨੇ, ਸਾਡੇ ਨਾਲ ਸਿਟਿੰਗ MP ਸੰਤੋਖ ਸਿੰਘ ਚੌਧਰੀ ਅਤੇ ਉਹਨਾਂ ਦੇ ਨਾਲ ਰਾਣਾ ਗੁਰਜੀਤ ਸਿੰਘ, ਲਾਡੀ ਸ਼ਿਰੋਵਾਲੀ ਆ ਸੰਤੋਖ ਚੌਧਰੀ ਦੇ ਬੇਟੇ ਚੌਧਰੀ ਸਾਹਿਬ, ਉਹ ਵੀ ਹੈਗੇ ਨੇ। ਅੱਜ ਮੀਟਿੰਗ ਹੋਈ ਨੇ, ਰਿੰਕੂ ਜੀ ਹੋਣਾ ਦਾ ਕਿਹਾ ਜਾ ਰਿਹਾ ਸੀ ਕਿ ਉਹ ਨਾਰਾਜ਼ ਚੱਲ ਰਹੇ ਨੇ ਪਾਰਟੀ ਤੋਂ, ਉਹਨਾਂ ਨੂੰ ਮਨਾਉਣ ਦੇ ਲਈ ਸਿਟਿੰਗ MP ਆਪ ਰਾਣਾ ਗੁਰਜੀਤ ਹੋਣੀ ਪਹੁੰਚੇ ਨੇ। ਸਰ, ਕੀ ਗੱਲ ਹੋਈ ਮੀਟਿੰਗ 'ਚ? ਮੀਟਿੰਗ ਦੇ ਵਿੱਚ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਕੌਂਸਲਰ ਔਰ ਕੁਛ ਵਰਕਰ, ਕਿਉਂਕਿ ਬੜੀ ਸ਼ੋਰਟ ਨੋਟਿਸ ਦੇ ਵਿੱਚ ਇਹ ਮੀਟਿੰਗ ਸੀਗੀ ਔਰ ਬਹੁਤ ਸਾਰੇ ਜਿਹੜੇ ਵਰਕਰ ਇੱਥੇ ਪਹੁੰਚ ਨਹੀਂ ਸਕੇ। ਅੱਜ ਛੋਟੀ ਜੀ ਇੱਥੇ ਡਿਸਕਸ਼ਨ ਹੋਈ ਹੈ ਕਿ ਵੈਸਟ ਹਲਕੇ ਦੇ ਵਿੱਚ ਜਿਹੜੀ ਕੰਪੇਨ ਹੈ ਉਹ ਕਿਸ ਤਰੀਕੇ ਦੇ ਨਾਲ ਚਲਾਉਣੀ ਹੈ, ਉਸ ਕੰਪੇਨ ਨੂੰ ਲੈ ਕੇ ਜਿਹੜੀ ਹੈ ਉਹ ਡਿਸਕਸ਼ਨ ਹੋਈ ਹੈ ਔਰ ਸਾਡੇ ਚੌਧਰੀ ਸਾਹਿਬ ਨੇ ਔਰ ਰਾਣਾ ਜੀ ਨੇ ਸਾਨੂੰ ਕੰਪੇਨ ਇੱਥੇ ਆਏ ਨੇ ਉਹਨਾਂ ਨਾਲ। ਸਰ, ਇੱਕੋ ਸਵਾਲ ਲਊਂਗਾ, ਜਿਹੜੀ ਨਾਰਾਜ਼ਗੀ ਚੱਲ ਰਹੀ ਸੀ ਉਹ? ਕੋਈ ਨਾਰਾਜ਼ਗੀ ਨਹੀਂ ਸੀ। ਰਿੰਕੂ ਇਸ ਹਲਕੇ ਦੇ ਵੈਸਟ ਹਲਕੇ ਦੇ ਵਿਧਾਇਕ ਹੈ ਸਾਡੇ, ਔਰ ਇਹਨਾਂ ਦੀ ਰਹਿਣ ਬਾਈ ਥੱਲੇ ਕੰਪੇਨ ਚੱਲਣੀ ਹੋ, ਸਾਡੀ ਕੋਈ ਨਾਰਾਜ਼ਗੀ ਨਹੀਂ ਸੀ। ਰਿੰਕੂ ਬਹੁਤ ਮਤਲਬ ਮਜ਼ਬੂਤੀ ਨਾਲ ਇੱਥੋਂ ਬਹੁਤ ਵੱਡੀ ਮਾਰਜਨ ਨਾਲ ਕਾਂਗਰਸ ਪਾਰਟੀ ਨੂੰ ਜਿਤਾਈ। ਅੱਛਾ, ਇੱਕ ਗੱਲ ਇਹ ਹੈ ਕਿ ਤੁਸੀਂ ਕੱਲ੍ਹ ਰਾਣਾ KP ਸਿੰਘ ਹੋਣਾਂ ਨੂੰ ਵੀ ਮਿਲੇ ਹੋ, ਅੱਜ ਸੁਸ਼ੀਲ ਕੁਮਾਰ ਰਿੰਕੂ ਹੋਣਾਂ ਨੂੰ ਵੀ ਮਿਲੇ ਹੋ, ਸਵਰਨ ਸਲਾਰੀਆ ਜਿਹੜੇ ਸਵਰਨ ਸਿੰਘ ਫਲੋਰ ਹੋਣਾਂ ਨੂੰ ਵੀ ਮਿਲੋਗੇ ਤੁਸੀਂ? ਮੈਂ ਕੈਂਡੀਡੇਟ ਹੈ, ਮੇਰੇ ਹਰ ਜਿਹੜਾ ਕਾਂਗਰਸ ਦਾ ਵਰਕਰ ਹੈ, ਕਾਂਗਰਸ ਦਾ ਲੀਡਰ ਹੈ, ਕਾਂਗਰਸ MLA, ਉਹਨਾਂ ਨੂੰ ਨਾਲ ਤੋੜਨ ਵਾਸਤੇ ਸਾਰਿਆਂ ਨੂੰ ਉਹਨਾਂ ਕੋਲ ਪਹੁੰਚ ਕੀਤੀ ਹੈ ਔਰ ਸਾਰੇ ਮੇਰੇ ਨਾਲ ਦੀਵਾਰ ਵਾਂਗੂ ਖੜੇ। ਆਉਣ ਵਾਲੇ ਦਿਨਾਂ ਸਵਰਨ ਫਲੋਰ ਹੋਣਾਂ ਨੂੰ ਵੀ ਮਿਲੋਗੇ? ਉਹ ਵੀ ਦੇਖਾਂਗੇ। ਸੋ ਇਹ ਸਨ ਸੰਤੋਖ ਸਿੰਘ ਚੌਧਰੀ, ਲਾਡੀ ਸ਼ੇਰੋਵਾਲੀਆ ਹੋਣੀ ਵੀ ਹੈਗੀ। ਸ਼ੇਰੋਵਾਲੀਆ ਸਾਹਿਬ, ਦਿਲੋਂ ਦੱਸਿਓ ਤੁਰੋਂਗੇ ਨਾਲ? ਕਿੱਦਾਂ? ਦਿਲੋਂ ਦੱਸਿਓ, ਜਿਹੜੀ ਨਾਰਾਜ਼ਗੀ ਚੱਲ ਰਹੀ ਸੀਗੀ ਸੰਤੋਖ ਚੌਧਰੀ ਹੋਣਾਂ ਦੇ ਵਿੱਚ, ਉਹਨਾਂ ਦੇ ਬੇਟੇ ਵੀ ਨਾਲ ਹੀ ਹੈਗੇ ਉਹਨਾਂ ਨਾਲ? ਨਹੀਂ, ਕੋਈ ਨਹੀਂ ਚੱਲ ਰਹੀ ਸੀ, ਇਹ ਮੀਡੀਆ ਦੀ ਬਣਾਈ ਨਾਰਾਜ਼ਗੀ ਸੀ ਸਾਡੀ। ਬਣਾਈ ਨਹੀਂ, ਜਿਹੜੇ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਲੀਡਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਉਸੇ ਤਰ੍ਹਾਂ ਦੀਆਂ ਅਸੀਂ ਸਵਾਲ ਪੁੱਛ ਰਹੇ ਹਾਂ। ਮੈਂ ਉਸ ਗੱਲ ਦਾ ਹੀ ਜਵਾਬ ਦੇ ਰਿਹਾ, ਇਹ TRP ਵਧਾਉਣ ਲਈ ਨਾਰਾਜ਼ਗੀਆਂ ਸਾਨੂੰ TRP ਦੀ, ਚੌਧਰੀ ਸਾਹਿਬ ਸਾਨੂੰ TRP ਦੀ ਲੋੜ ਨਹੀਂ, ਜੋ ਲੀਡਰਾਂ ਦੇ ਸਵਾਲ ਹੁੰਦੇ ਨੇ ਅਸੀਂ ਉਹਨਾਂ ਦੇ ਉੱਪਰ ਹੀ ਸਵਾਲ ਕਰਦੇ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕਿਸੇ ਦੀ ਲੀਡਰ ਦੀ ਕੋਈ ਨਾਰਾਜ਼ਗੀ ਨਹੀਂ ਸੀ। ਕਾਂਗਰਸ ਪਾਰਟੀ ਦਾ ਟਿਕਟ ਮੰਗਣ ਦਾ ਹਰੇਕ ਦਾ ਅਧਿਕਾਰ ਆ। ਕਾਂਗਰਸ ਪਾਰਟੀ ਨੇ ਹੁਣ ਚੌਧਰੀ ਸੰਤੋਖ ਸਿੰਘ ਜੀ ਨੂੰ ਟਿਕਟ ਦਿੱਤੀ ਅਤੇ ਸਾਡਾ ਅੱਜ ਫਰਜ਼ ਬਣਦਾ ਕਾਂਗਰਸ ਪਾਰਟੀ ਦੀ ਰਾਤ ਦਿਨ ਇੱਕ ਕਰਨਾ ਅਤੇ ਚੌਧਰੀ ਸਾਹਿਬ ਦਾ ਫਰਜ਼ ਬਣਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਉਹਦੇ ਲਈ ਅੱਜ ਜਿਹੜੀਆਂ ਅਸੀਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਮੀਟਿੰਗ ਦੇ ਵਿੱਚ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ, ਰੂਪਰੇਖਾ ਤਿਆਰ ਕੀਤੀ ਵੀ ਜਿਹੜੀ ਅਸੀਂ ਲੜਾਈ ਲੜਨੀ ਆ ਉਹ ਵਧੀਆ ਲੜਾਈ ਲੜ ਕੇ ਅਤੇ ਜਲੰਧਰ ਪਾਰਲੀਮੈਂਟ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ, ਰਾਹੁਲ ਗਾਂਧੀ ਦੀ, ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣੀ। ਹੁਣ ਅਸੀਂ ਮੰਨ ਲਈਏ ਕਿ ਚੌਧਰੀ ਸਾਹਿਬ ਅਤੇ ਰਿੰਕੂ ਦੇ ਵਿੱਚ ਜਿਹੜੀ ਗਿਲੇ ਸ਼ਿਕਵੇ ਸੀਗੇ ਉਹ ਦੂਰ ਹੋ ਗਏ ਨੇ? ਬਿਲਕੁਲ ਦੂਰ ਹੋ ਗਏ, ਤਾਂ ਹੀ ਚੌਧਰੀ ਸਾਹਿਬ ਦਾ ਔਰ ਰਿੰਕੂ ਜੀ ਨੇ ਜੁਆਇੰਟਲੀ ਮੈਸੇਜ ਦਿੱਤਾ ਪ੍ਰੈਸ ਨੂੰ ਵੀ ਅਤੇ ਜਿਹੜੀਆਂ ਗੱਲਾਂ ਸੀ ਉਹ ਪਰਿਵਾਰ ਦੀਆਂ ਗੱਲਾਂ ਹੁੰਦੀਆਂ, ਬੈਠ ਕੇ ਨਿਬੜ ਝਗੜੇ ਹੁੰਦੇ ਆ ਤਾਂ ਨਿਬੜ ਵੀ ਜਾਂਦੇ ਆ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਸ ਨੇ ਲਾਡੀ ਸ਼ਿਰੋਵਾਲੀਆ ਜਿਨ੍ਹਾਂ ਨੇ ਕਿਹਾ ਕਿ ਨਾਰਾਜ਼ਗੀ ਜ਼ਰੂਰ ਸੀਗੀ ਪਰ ਹੁਣ ਬੈਠ ਕੇ ਗਿਲੇ ਸ਼ਿਕਵੇ ਦੂਰ ਕਰ ਲਏ ਗਏ ਨੇ। ਕੈਮਰਾਮੈਨ ਪਵਨ ਕਨੌਜੇ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।